ਸਤਿ ਸ਼੍ਰੀ ਅਕਾਲ ਜੀ ਤੁਸੀਂ ਪ੍ਰਾਈਮ ਮਿਸ਼ਰ ਟੈਲੀਵਿਜ਼ਨ ਦੇਖ ਰਹੇ ਹੋ ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ ਸਾਡੀ ਪੰਜਾਬ ਦੀ ਰਾਜਨੀਤੀ ਦੀ ਗੱਲ ਕਰੀਏ ਜਾਂ ਭਾਰਤ ਦੀ ਰਾਜਨੀਤੀ ਦੀ ਗੱਲ ਕਰੀਏ ਕਿਸੇ ਵੀ ਪਾਸੇ ਸੋਹਿਰਦਤਾ ਸਾਨੂੰ ਦਿਖਾਈ ਨਹੀਂ ਦੇ ਰਹੀ ਕਈ ਵਾਰ ਕੋਈ ਇਹੋ ਜਿਹਾ ਮੁੱਦਾ ਕਿਸੇ ਦੇ ਹੱਥ ਆਉਂਦਾ ਜਿਹਦੇ ਕਰਕੇ ਉਹਨੂੰ ਚਿੰਗਮ ਦੇ ਵਾਂ ਯਾਨੀ ਕਿ ਬੱਬਲ ਗਮ ਦੇ ਵਾਂਗੂ ਇਹੋ ਜਿਹਾ ਖੱਚਿਆ ਜਾਂਦਾ ਹੈ ਕਿ ਲਗਾਤਾਰ ਅੱਗੇ ਤੋਂ ਅੱਗੇ ਤੋਂ ਅੱਗੇ ਉਹ ਮੁੱਦਾ ਵਧਾ ਜਾਂਦਾ ਪਰ ਉਹਦੇ ਵਿੱਚ ਕੱਢਣ ਪਾਉਣ ਨੂੰ ਕੱਖ ਵੀ ਨਹੀਂ ਹੁੰਦਾ ਆਪਾਂ ਸਾਰੇ ਜਾਣਦੇ ਆ ਕਿ ਭਾਰਤ ਦੇ ਵਿੱਚ ਕਈ ਨੇਤਾ ਇਹੋ ਜਿਹੇ ਜਿਹੜੇ ਕਈ ਕਿਸਮ ਦੇ ਨਸ਼ੇ ਕਰਦੇ ਆ ਕੋਈ ਜਰਦਾ ਖਾਂਦਾ ਕੋਈ ਸਿਗਰੇਟਾ ਪੀਂਦਾ ਕੋਈ दारू ਪੀਂਦਾ ਕੋਈ ਹੋ ਸਕਦਾ ਹੋਰ ਕੋਈ ਚੰਗਾ ਬੰਦਾ ਨਸ਼ਾ ਵੀ ਕਰਦਾ ਹੋਵੇ ਕਈ ਅਫੀਮ ਵੀ ਖਾਂਦੇ ਆ ਕਈ ਕੁਝ ਹੋਰ ਵੀ ਖਾਂਦੇ ਹੋਣਗੇ ਵੈਸੇ ਜੇਕਰ ਸਿਹਤ ਦੇ لحاظ ਨਾਲ ਵੇਖੀਏ ਉਹਨਾਂ ਦੇ ਪਰਿਵਾਰ ਦੇ ਲਿਹਾਜ਼ ਨਾਲ ਵੇਖੀਏ ਤੇ ਆਰਥਿਕਤਾ ਦੇ ਲਿਹਾਜ਼ ਨਾਲ ਦੇਖੀਏ ਤਾਂ ਨਸ਼ੇ ਸਾਰੇ ਹੀ ਮਾੜੇ ਆ ਭਾਵੇਂ ਕੋਈ ਛੋਟਾ ਨਸ਼ਾ ਹੋਵੇ ਭਾਵੇਂ ਕੋਈ ਵੱਡਾ ਨਸ਼ਾ ਹੋਵੇ ਪਰ ਜਦੋਂ ਨਸ਼ੇ ਦੇ ਮਾਮਲੇ ਦੇ ਉੱਤੇ ਰਾਜਨੀਤੀ ਪੰਜਾਬ ਦੇ ਵਿੱਚ ਹੁੰਦੀ ਆ ਤਾਂ ਕਈ ਵਾਰ ਮੰਨ ਦੇ ਵਿੱਚ ਕਈ ਕਿਸਮ ਦੇ ਸਵਾਲ ਉੱਠਣ ਲੱਗਦੇ ਆ ਕਿ ਸਾਰੇ ਹੀ ਕਹਿੰਦੇ ਆ ਜੀ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਲਿਆਂਗੇ ਜਾਂ ਕਰ ਦਿੱਤਾ ਤੇ ਜੇਕਰ ਹਰ ਕੋਈ ਇਹ ਗੱਲ ਕਹਿੰਦਾ ਕਿ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਤਾ ਸੀ ਤਾਂ ਫਿਰ ਪੰਜਾਬ ਦੇ ਵਿੱਚ ਨਸ਼ਾ ਵਾਰ-ਵਾਰ ਆਖ ਮੇਰਿਆ ਜਦੋਂ ਅਕਾਲੀ ਦਲ ਤੇ ਭਾਜਪਾ ਗੱਠਜੋੜ ਦੀ ਸਰਕਾਰ ਸੀ ਉਦੋਂ ਵਾਰ-ਵਾਰ ਇੱਕੋ ਹੀ ਗੱਲ ਕਹਿੰਦੇ ਹੁੰਦੇ ਸੀ ਵਿਰੋਧੀ ਯਾਨੀ ਕਿ ਕਾਂਗਰਸੀ ਕਿ ਪੰਜਾਬ ਦੇ ਵਿੱਚ ਬਹੁਤ ਨਸ਼ਾ ਉਸ ਵਕਤ ਅਕਾਲੀ ਦਲ ਤੇ ਭਾਜਪਾ ਗੱਠਜੋੜ ਦੇ ਆਗੂ ਕਹਿੰਦੇ ਹੁੰਦੇ ਸੀ ਪੰਜਾਬ ਦੇ ਵਿੱਚ ਭੋਰਾੜੀ ਨਸ਼ਾ ਹੁਣ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ ਤੇ ਅਕਾਲੀ ਦਲ ਸਤਾ ਤੋਂ ਬਾਹਰ ਹੈ ਇਸ ਕਰਕੇ ਇਹ ਜ਼ਿੰਮੇਵਾਰੀ ਅਕਾਲੀ ਆਗੂ ਨਿਭਾ ਰਹੇ ਆ ਕਿ ਪੰਜਾਬ ਦੇ ਵਿੱਚ ਨਸ਼ਾ ਬਹੁਤ ਹੈ ਤੇ ਕਾਂਗਰਸ ਕਹਿੰਦੀ ਅਸੀਂ ਨਸ਼ਾ ਖਤਮ ਕਰ ਦਿੱਤਾ ਹੈ ਯਾਨੀ ਕਿ ਅਸਲੀਅਤ ਇਹ ਹੈ ਵੀ ਨਸ਼ਾ ਪਹਿਲਾਂ ਵੀ ਸੀ ਨਸ਼ਾ ਅੱਜ ਵੀ ਹੈ ਨਸ਼ਾ ਪਹਿਲਾਂ ਵੀ ਮਿਲਦਾ ਸੀ ਨਸ਼ਾ ਅੱਜ ਵੀ ਮਿਲਦਾ ਹੈ ਪਰ ਹਾਂ ਜਦੋਂ ਥੋੜੀ ਬਹੁਤੀ ਸਖਤੀ ਹੋ ਜਾਂਦੀ ਹੈ ਉਸ ਤੋਂ ਬਾਅਦ ਘੱਟ ਮੁੱਲ ਤੇ ਮਿਲਣ ਵਾਲਾ ਨਸ਼ਾ ਵੱਧ ਮੁੱਲ ਦੇ ਉੱਤੇ ਮਿਲਣ ਲੱਗ ਜਾਂਦਾ ਹੈ ਯਾਨੀ ਕਿ ਮਹਿੰਗਾਈ ਵੜ ਜਾਂਦੀ ਹੈ ਨਸ਼ਾ ਮਹਿੰਗਾ ਹੋ ਜਾਂਦਾ ਹੈ ਪਰ ਕੋਈ ਵੀ ਚੀਜ਼ ਪਹਿਲਾਂ ਇਹੋ ਜਿਹੀ ਨਹੀਂ ਸੀ ਜਿਹੜੀ ਨਾ ਮਿਲਦੀ ਹੋਵੇ ਕੋਈ ਵੀ ਚੀਜ਼ ਇਹੋ ਜਿਹੀ ਅੱਜ ਨਹੀਂ ਜਿਹੜੀ ਨਾ ਮਿਲਦੀ ਹੋਵੇ გილেন ਜੋ ਕੁਝ ਲਬੜਾ ਉਹਨੇ ਲਾਭ ਹੀ ਲੈਣਾ ਪਰ ਇਹ ਸਾਰੀਆਂ ਨਸ਼ੇਵਾੜੀਆਂ ਗੱਲਾਂ ਇਸ ਕਰਕੇ ਚਿੱਤੇ ਆਈਆਂ ਕਿਉਂਕਿ ਭਗਵੰਤ ਮਾਨ ਦੀ ਸ਼ਰਾਬ ਛੱਡਣ ਵਾਲੀ ਗੱਲ ਆ ਜਿਹੜੀ ਉਹਦੇ ਉੱਤੇ ਬਹੁਤ ਵੱਡੀ ਰਾਜਨੀਤੀ ਛਿੜਪਈ ਹੈ ਅਜੀਬੋ ਗਰੀਬ ਖੁਲਾਸੇ ਹੋਣ ਲੱਗੇ ਆ ਭਗਵੰਤ ਮਾਨ ਦੀ दारू ਬਹੁਤ ਮਾੜੀ ਰਹੀ ਹੈ ਇਹੋ ਜੀਆਂ ਖਬਰਾਂ ਆਉਂਦੀਆਂ ਰਹੀਆਂ ਭਗਵੰਤ ਮਾਨ ਬਹੁਤ दारू ਪੀਂਦਾ ਹੈ ਇਹ ਵੀ ਖਬਰ ਆਈ ਸੀ ਹਰਿੰਦਰ ਸਿੰਘ ਖਾਲਸਾ ਨੇ ਕਿਹਾ ਸੀ ਕਿ ਮੇਰੇ ਨਾਲੋਂ ਵੱਖਰੀ ਕਰ ਦਿੱਤੀ ਜਾਵੇ ਲੋਕ ਸਭਾ ਦੇ ਵਿੱਚ ਸੀਟ ਭਗਵੰਤ ਦੀ ਕਿਉਂਕਿ ਇਹਦੇ ਮੂੰਹ ਦੇ ਵਿੱਚੋਂ ਹਵਾੜ ਮਾਰਦੀ ਹੈ ਇਹ ਬੰਦਾ दारू ਪੀ ਕੇ ਸਵੇਰੇ ਆ ਜਾਂਦਾ ਤੇ ਮੈਂ ਪੂਜਾ ਪਾਠ ਕਰਕੇ ਗਿਆ ਹੁੰਨਾ ਉਸ ਤੋਂ ਬਾਅਦ ਇੱਕ ਇਹੋ ਜੀ ਗੱਲ ਛਿੜੀ ਜਿਹੜੀ ਕਦੇ ਰੁਕੀ ਨਹੀਂ ਕਦੇ ਕਿਸੇ ਨੇ ਕਿਹਾ ਜੀ ਭਗਵੰਤ ਮਾਨ ਤਾਂ दारू ਪੀ ਕੇ ਗੁਰਦੁਆਰੇ ਚਲਾ ਗਿਆ ਕਿਸੇ ਨੇ ਕਿਹਾ ਜੀ ਭਗਵੰਤ ਮਾਨ ਤਾਂ ਗੱਡੀ ਦੇ ਵਿੱਚ ਲਟਣ ਲੱਗ ਪਿਆ ਕਿਸੇ ਨੇ ਕਿਹਾ ਜੀ ਉਹ ਤਾਂ ਸਵੇਰੇ ਉੱਠਣਸਾਰ ਪੀਣ ਲੱਗ ਜਾਂਦਾ ਹੈ ਕਿਸੇ ਨੇ ਕਿਹਾ ਜੀ ਉਹ ਤਾਂ ਜਦੋਂ ਦੇਖੀਏ ਉਹ ਡਿੱਗਦਾ ਫਿਰਦਾ ਹੁੰਦਾ ਹੈ ਕਿਸੇ ਨੇ ਕਿਹਾ ਉਹ ਸ਼ਰਾਬੀ ਬੱਬਰ ਸ਼ੇਰ ਹੈ ਕਿਸੇ ਨੇ ਕੁਛ ਕਿਹਾ ਤੇ ਕਿਸੇ ਨੇ ਕੁਛ ਸ਼ਾਇਦ ਇਹਨਾਂ ਸਾਰੀਆਂ ਗੱਲਾਂ ਨੂੰ ਰੋਕਣ ਦੇ ਲਈ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਡੰਡੀ ਯਾਨੀ ਕਿ ਫੁੱਲ ਸਟਾਪ ਲਾਉਣ ਦੇ ਲਈ ਭਗਵੰਤ ਮਾਨ ਦੇ ਵੱਲੋਂ ਬਰਨਾਲੇ ਵਾਲੀ ਰੈਲੀ ਦੇ ਵਿੱਚ ਆਪਣੇ ਮਾਤਾ ਜੀ ਨੂੰ ਬਰਾਬਰ ਖੜਾ ਕਰਕੇ ਮੰਚ ਦੇ ਉੱਤੇ ਇਹ ਸੌਂ ਪਾਈ ਗਈ ਕਿ ਪਹਿਲੀ ਜਨਵਰੀ ਤੋਂ ਮੈਂ दारू ਛੱਡ ਦੁੱਤੀ ਹੈ ਮੈਂ ਗੁਰਦੁਆਰਾ ਮਸਤੂਆਣਾ ਸਾਹਿਬ ਦੇ ਵਿੱਚ ਜਾ ਕੇ ਮੱਥਾ ਵੀ ਟੇਕਣਾ ਤੇ ਕੇਜਰੀਵਾਲ ਨੇ ਸਿਫਤਾਂ ਦੇ ਪੁੱਲ ਬਹੁਤ ਬੰਨੇ ਆ ਉਹਨਾਂ ਨੇ ਕਿਹਾ ਜੀ ਭਗਵੰਤ ਮਾਨ ਨੇ ਅੱਜ ਦੇਸ਼ ਦੇ ਲਈ ਪੰਜਾਬ ਦੇ ਲਈ ਇੱਕ ਬਹੁਤ ਵੱਡੀ ਕੁਰਬਾਨੀ ਕੀਤੀ ਹੈ ਇਹਨਾਂ ਨੇ ਬਹੁਤ ਵੱਡਾ ਸੰਕਲਪ ਲਿਆ ਇਦਾਂ ਦੇ ਸੰਕਲਪ ਭਵਿੱਖ ਦੇ ਵਿੱਚ ਲੈਣੇ ਚਾਹੀਦੇ ਆ ਹੁਣ ਸਵਾਲ ਇਹ ਪੈਦਾ ਹੋ ਗਿਆ ਕਿ ਭਗਵੰਤ ਨੇ ਜਿਹੜੀ दारू ਛੱਡੀ ਉਹ ਆਪਣੀ ਸਰੀਰ ਦੇ ਲਈ ਛੱਡੀ ਜਾਂ ਸਮੁੱਚੇ ਪੰਜਾਬ ਵਾਸਤੇ ਛੱਡੀ। ਕਹਨ ਨੂੰ ਕੋਈ ਇਹ ਕਹਿ ਸਕਦਾ ਜੀ ਕਿ ਮੈਂ ਅਫੀਮ ਛੱਡੀ, ਉਹ ਉਹਨੇ ਆਪਣੇ ਲਈ ਛੱਡੀ ਹੋਊਗੀ ਜਾਂ ਪੰਜਾਬ ਦੇਸ਼ ਦੇ ਲਈ ਛੱਡੀ ਹੋਊਗੀ। ਕੋਈ ਪਰਸੋਂ ਕਹੂਗਾ ਜੀ ਕਿ ਮੈਂ ਹੁਣ ਬੀੜੀ ਪੀਣੀ ਛੱਡ ਦਿੱਤੀ, ਉਹ ਉਹਨੇ ਆਪਣੀ ਸਿਹਤ ਲਈ ਛੱਡੀ ਹੋਊਗੀ ਜਾਂ ਉਹਨੇ ਸਮੁੱਚੇ ਪੰਜਾਬ ਦੇ ਲਈ ਛੱਡੀ ਹੋਊਗੀ। ਇਹਦੇ ਉੱਤੇ ਬਹੁਤ ਵੱਡੇ ਪੱਧਰ ਦੇ ਉੱਤੇ ਰਾਜਨੀਤੀ ਤੇ ਅਜੀਬੋ-ਗਰੀਬ ਖੁਲਾਸਿਆਂ ਦਾ ਕੰਮਕਾਜ ਸ਼ੁਰੂ ਹੋ ਚੁੱਕਿਆ। ਅੱਜ ਬਿਕਰਮ ਸਿੰਘ ਮਜੀਠੀਆ ਹੋਰਾਂ ਦੇ ਵੱਲੋਂ ਜਿਹੜੇ ਬਿਆਨ ਦਿੱਤੇ ਗਏ ਆ, ਉਹ ਸੱਚੀ-ਮੁੱਚੀ ਹੈਰਾਨ ਕਰਦੇ ਆ। ਵੈਸੇ ਸੁਖਬੀਰ ਸਿੰਘ ਬਾਦਲ ਖੁਰਾ ਨੇ ਵੀ ਇਹ ਬਿਆਨ ਦਿੱਤੇ ਆ ਇਸ ਤੋਂ ਇਲਾਵਾ ਸਿਮਰਜੀਤ ਸਿੰਘ ਬੈਂਸ ਹੋਰਾ ਨੇ ਵੀ ਇੱਕ ਬਿਆਨ ਦਿੱਤਾ ਉਹਨਾਂ ਨੇ ਵੀ ਛੁਰਲੀ ਛੱਡੀ ਆ ਤੇ ਬਾਕੀ ਵਿਕੇਗਾ ਨਹੀਂ ਛੱਡੀ ਆ ਸਿਮਰਜੀਤ ਸਿੰਘ ਬੈਂਸ ਹੋਰਾ ਨੇ ਇਹ ਗੱਲ ਕਹੀ ਆ ਕਿ ਭਗਵੰਤ ਮਾਨ ਨੇ ਜਿਸ ਤਰੀਕੇ ਨਾਲ दारू ਛੱਡੀ ਆ ਜਿਵੇਂ ਉਹਨੇ ਸੌਂ ਪਾਈ ਆ ਉਹ ਸੌਂ ਦੇ ਉੱਤੇ ਟਿਕਿਆ ਰਵੇ ਅਸੀਂ ਇਹ ਦੀ ਕਾਮਨਾ ਕਰਦੇ ਆ ਪਰ ਉਹਨਾਂ ਨੇ ਇਹ ਵੀ ਗੱਲ ਕਹੀ ਆ ਵੀ ਭਵਿੱਖ ਦੇ ਵਿੱਚ ਅਸੀਂ ਨਿਆਂਿਆਂ ਨੂੰ ਇਹ ਦੱਸਿਆ ਕਰਾਂਗੇ ਕਿ ਪੰਜਾਬ ਦਾ ਇੱਕ ਨੇਤਾ ਸੀ ਜਿਹੜਾ ਸ਼ਰਾਬ ਦੇ ਵਿੱਚ ਟੁੱਣ ਰਹਿਂਦਾ ਸੀ ਪੁੱਤ ਜੇਕਰ ਉਹ दारू ਛੱਡਣ ਦਾ ਸੰਕਲਪ ਲੈ ਸਕਦਾ ਤਾਂ ਤੁਸੀਂ ਕਿਉਂ ਨਹੀਂ ਲੈ ਸਕਦੇ ਜਾਨੀ ਕਿ ਚੰਗਾ ਵੀ ਕਹਤਾ ਮਾੜਾ ਵੀ ਕਹਤਾ ਉਸੇ ਤਰੀਕੇ ਦੇ ਨਾਲ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕਿਹਾ ਕਿ ਭਗਵਾਨਤਮਨ ਨੇ ਪਹਿਲਾਂ ਵੀ ਬੜੀ ਵਾਰ दारू ਛੱਡਣ ਦੀ ਗੱਲ ਕਹੀ ਹੈ ਪਰ ਇਹ ਹਟਦਾ ਨਹੀਂ ਇਹਨੇ ਹਟਣਾ ਨਹੀਂ ਇਹਨੇ ਪੀਂਦੇ ਹੀ ਰਹਿਣਾ ਇਹ ਬੰਦਾ ਤਾਂ ਹੈ ਹੀ ਸ਼ਰਾਬੀ ਕਬਾਬੀ ਇਹਦੇ ਉੱਤੇ ਭੋਰਾ ਇੱਕ ਪੈਸੇ ਦਾ ਯਕੀਨ ਨਹੀਂ ਕਰਨਾ ਬਣਦਾ ਪਰ ਵਿਕਰਮ ਮਜੀਠੀਆ ਹੋਰਾਂ ਨੇ ਜਿਹੜਾ ਖੁਲਾਸਾ ਕੀਤਾ ਉਹ ਸੱਚੀ ਮੁੱਚੀ ਜ਼ਿਆਦਾ ਹੈਰਾਨ ਕਰਨ ਵਾਲਾ ਇਸ ਕਰਕੇ ਆ ਕਿਉਂਕਿ ਉਹਨਾਂ ਨੇ ਕਿਹਾ ਵੀ ਮਾਂ ਦੀ ਸੌ ਵੀ ਖਾਲੀ ਜੇ ਜਾ ਕੇ ਫਿਰ ਰਾਤ ਨੂੰ दारू ਪੀਲੀ ਭਗਵੰਤ ਨੇ ਹੁਣ ਵਿਕਰਮ ਸਿੰਘ ਮਜੀਠੀਆ ਹੋਰਾਂ ਦੇ ਕੋਲੇ ਕਿਹੜਾ ਇਹੋ ਜਿਹਾ ਸਬੂਤ ਹੈ ਵੀ ਉਹਨਾਂ ਨੇ ਭਗਵੰਤ ਮਾਨ ਨੂੰ दारू ਪੀਂਦੇ ਵੇਖ ਲਿਆ ਜਾਂ ਉਹਨੇ दारू ਪੀਤੀ ਜਾਂ ਨਹੀਂ ਪੀਤੀ ਇਹ ਭਗਵੰਤ ਮਾਨ ਜਾਣਦਾ ਜਾਂ ਬਹੁਤ ਨੇੜਲੇ ਜੁੰਡੀ ਦੇ ਮਿੱਤਰ ਜਾਣਦੇ ਹੋਣਗੇ ਇਹ ਵਿਕਰਮ ਸਿੰਘ ਮਜੀਠੀਆ ਤੱਕ ਗੱਲ ਕਿਵੇਂ ਪਹੁੰਚ ਗਈ ਤੇ ਮਸਲਾ ਇਹ ਹੁਣ ਅਗਲੇ ਦਿਨਾਂ ਦੇ ਵਿੱਚ ਹੋਰ ਵਧੇ ਜਾਣਾ ਕਿਉਂਕਿ ਜਿਹਦੇ ਮੂੰਹ ਦੇ ਵਿੱਚ ਜੋ ਗੱਲ ਆਈ ਉਹਨੇ ਕਹਿਣ ਤੋਂ ਪਿੱਛੇ ਨਹੀਂ ਹਟਣਾ ਤੇ ਇਹ ਜਿਹੜੀ ਪੰਜਾਬ ਦੇ ਵਿੱਚ दारू ਛੱਡਣ ਵਾਲੀ ਗੱਲ ਭਗਵੰਤ ਮਾਨ ਨੇ ਕਹੀ ਹੈ ਇਹਨੇ ਬਹੁਤ ਵੱਡਿਆ ਮਸਾਲਾ ਕਈ ਨਤਾਵਾਂ ਦੇ ਦਿੱਤਾ ਹੈ ਇਸ ਕਰਕੇ ਬਹੁਤ ਕਿਸਮ ਦੀਆਂ ਖਬਰਾਂ ਉਹਨਾਂ ਦਿਨਾਂ ਦੇ ਵਿੱਚ ਆਉਣਗੀਆਂ ਪਰ ਪਹਿਲਾਂ ਉਹ ਖਬਰਾਂ ਸਾਂਝੀਆਂ ਕਰਦੇ ਜਿਹੜੀਆਂ ਸਾਡੇ ਤੱਕ ਕਪੜੀਆਂ ਬਾਅਦ ਵਿੱਚ ਕਰਾਂਗੇ ਟਿੱਪਣੀ ਆਮ ਆਦਮੀ ਪਾਰਟੀ ਦੇ ਨੇਤਾ ਭਗਵੰਤ ਮਾਨ ਦੇ ਸ਼ਰਾਬ ਛੱਡਣ ਦਾ ਜਨਤਕ ਐਲਾਨ ਸੋਸ਼ਲ ਮੀਡੀਆ ਦੇ ਉੱਤੇ ਸ਼ਾਇਆ ਹੋਇਆ। ਭਗਵੰਤ ਮਾਨ ਦੇ ਇਸ ਐਲਾਨ ਨੂੰ ਸ਼ੁਗਲ ਵੱਜੋਂ ਜ਼ਿਆਦਾ ਲਿਆ ਜਾ ਰਿਹਾ ਹੈ। ਭਗਵੰਤ ਮਾਨ ਨੇ ਐਲਾਨ ਕੀਤਾ ਕਿ ਉਹਨਾਂ ਨੇ ਪੰਜਾਬ ਖਾਤਰ ਸਦਾ ਵਾਸਤੇ ਸ਼ਰਾਬ ਦਾ ਫਹਾਵਡ ਦਿੱਤਾ ਹੈ। ਉਹਨਾਂ ਨੇ ਆਪਣੀ ਮਾਂ ਦੇ ਸਾਹਮਣੇ ਇਹ ਵਾਅਦਾ ਕੀਤਾ। ਉਹਨਾਂ ਨੇ ਐਲਾਨ ਕੀਤਾ ਕਿ ਅੱਜ ਤੋਂ ਤਨੂੰ ਮਨੋ ਤੇ ਤਨੂੰ 24 ਘੰਟੇ ਪੰਜਾਬ ਦੀ ਸੇਵਾ ਦੇ ਵਿੱਚ ਰਹਾਂਗਾ ਸੋਸ਼ਲ ਮੀਡੀਆ ਤੇ ਸਵਾਲ ਹੋ ਰਹੇ ਨੇ ਕਿ ਕੀ ਭਗਵੰਤ ਮਾਨ ਇਸ ਤੋਂ ਪਹਿਲਾਂ ਤਨੋਂ ਮਨੋਂ ਤਨੋਂ 24 ਘੰਟੇ ਸ਼ਰਾਬ ਨੂੰ ਸਮਰਪਿਤ ਸਨ ਦਰਅਸਲ ਆਮ ਆਦਮੀ ਪਾਰਟੀ ਦੇ ਵੱਲੋਂ ਐਤਵਾਰ ਨੂੰ ਬਰਨਾਲੇ ਵਿੱਚ ਕੀਤੀ ਗਈ ਰੈਲੀ ਦੌਰਾਨ ਭਗਵੰਤ ਮਾਨ ਨੇ ਭਾਵੁਕ ਅੰਦਾਜ਼ ਦੇ ਵਿੱਚ ਕਿਹਾ ਮੈਂ ਬਾਦਲਾ ਕਾਂਗਰਸਾਂ ਤੇ ਭਾਜਪਾ ਵਾਲਿਆਂ ਦੀਆਂ ਅੱਖਾਂ ਵਿੱਚ ਬਹੁਤ ਲੜਕਦਾ ਮੇਰੇ ਖਿਲਾਫ ਸਾਰੇ ਇਕੱਠੇ ਹੋ ਕੇ ਸਾਜ਼ਿਸ਼ਾਂ ਰਚਦੇ ਨੇ ਪੁਰਾਣੀਆਂ ਵੀਡੀਓ ਕੱਢ ਕੱਢ ਕੇ ਬਦਨਾਮ ਕਰਨੀਆਂ ਕੋਸ਼ਿਸ਼ਾਂ ਕਰਦੇ ਨੇ ਕਿ ਭਗਵੰਤ ਮਾਨ ਤਾਂ ਸ਼ਰਾਬ ਪੀਂਦਾ ਇਸ ਤਰ੍ਹਾਂ ਭਗਵੰਤ ਮਾਨ ਨੇ ਮੰਨਿਆ ਕਿ ਬਾਦਲਾਂ ਕਾਂਗਰਸਾਂ ਤੇ ਭਾਜਪਾ ਕਰਕੇ ਹੀ ਉਸਨੇ ਸ਼ਰਾਬ ਛੱਡੀ ਹੈ ਭਗਵੰਤ ਮਾਨ ਨੇ ਮੰਨਿਆ ਕਿ ਉਹ ਕਲਾਕਾਰ ਸਨ ਤੇ ਕਲਾਕਾਰਾਂ ਦੀ ਦੁਨੀਆ ਸ਼ਰਾਬ ਵਗੈਰਾ ਪੀਂਦੀ ਰਹਿੰਦੀ ਸੀ ਪਰ ਉਹਨਾਂ ਨੂੰ ਹੱਦੋਂ ਵੱਧ ਇਸ ਤਰ੍ਹਾਂ ਬਦਨਾਮ ਕੀਤਾ ਜਾਣ ਲੱਗਾ ਉਹਨਾਂ ਨੇ ਕਿਹਾ ਮੈਂ ਇਸ ਗੱਲ ਦੇ ਵਿੱਚ ਨਹੀਂ ਪੈਣਾ ਚਾਹੁੰਦਾ ਕਿ ਮੈਨੂੰ ਪੁੱਛਿਆ ਜਾਵੇ ਕਿ ਤੁਸੀਂ ਹੁਣ ਪੀਂਦੇ ਹੋ ਜਾਂ ਨਹੀਂ ਪਰ ਹੁਣ ਜਦੋਂ ਮੇਰੀ ਮਾਂ ਨੇ ਟੀਵੀ ਉੱਤੇ ਇਹਨਾਂ ਨੂੰ ਮੇਰੀ ਬਦਨਾਮੀ ਕਰਦਿਆਂ ਸੁਣ ਕੇ ਮੈਨੂੰ ਕਿਹਾ ਕਿ ਵੇ ਪੁੱਤ ਪੰਜਾਬ ਖਾਤਰ ਜਿੱਥੇ ਸਭ ਕੁਝ ਛੱਡੀ ਫਿਰਦਾ ਉੱਥੇ दारू ਦਾ ਵੀ ਫਾਹਾ ਵੱਡ ਪਰ ਭਗਵੰਤ ਮਾਨ ਨੇ ਕਿਹਾ ਕਿ ਜਦੋਂ ਸਵੇਰ ਦਾ ਭੁੱਲਿਆ ਸ਼ਾਮ ਤੱਕ ਵਾਪਸ ਮੋੜਾਵੇ ਤਾਂ ਉਹਨੂੰ ਭੁੱਲਿਆ ਨਹੀਂ ਕਹਿੰਦਾ ਮੈਂ ਤਾਂ ਅੱਜ ਸ਼ਾਮ ਹੀ ਨਹੀਂ ਹੋਣ ਦਿੱਤੀ ਦੁਪਹਿਰੇ ਹੀ ਮੁੜ ਆਇਆ ਹਾਂ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ ਪਹਿਲੀ ਗੱਲ ਤਾਂ ਅਸੀਂ ਇਹ ਕਹਾਂਗੇ ਕਿ ਭਗਵੰਤ ਮਾਨ ਵੀ ਜਾਣਦਾ ਕਿ ਮੇਰੀ ਬਦਨਾਮੀ दारू ਦੇ ਕਰਕੇ ਬੇहद ਹੋਈ ਹੈ ਸ਼ਾਇਦ ਇਸੇ ਕਰਕੇ ਉਹਨਾਂ ਨੇ ਸਫਾਈ ਦਿੱਤੀ ਉਹਨਾਂ ਨੇ ਸਪਸ਼ਟੀਕਰਨ ਦਿੱਤਾ ਕਿ ਮੈਂ ਅੱਜ ਤੋਂ ਬਾਅਦ दारू ਨਹੀਂ ਪੀਣੀ ਤੇ ਮੈਂ ਪਹਿਲੀ ਤਰੀਕ ਤੋਂ ਛੱਡ ਦਿੱਤੀ ਹੈ ਹੋ ਸਕਦਾ ਭਗਵੰਤ ਮਾਨ ਸੱਚੀ ਮੁੱਚੀ ਛੱਡ ਵੀ ਦਿੱਤੀ ਹੋਵੇ ਕੋਈ ਵਿਅਕਤੀ ਮਾਨ ਦੀ ਸੌਹ ਜਿਹੜੀ ਮੇਰੇ ਖਿਆਲ ਦੇ ਮੁਤਾਬਕ ਛੇਤੀ ਨਹੀਂ ਖਾਂਦਾ ਇਸ ਕਰਕੇ ਸਾਨੂੰ ਭਗਵੰਤ ਮਾਨ ਦੇ ਉੱਤੇ ਕੋਈ ਸ਼ੱਕ ਨਹੀਂ ਬਸ਼ਰਤੇ ਉਹ ਆਪਣੀ ਸੌਹ ਦੇ ਉੱਤੇ ਉਹ ਆਪਣੀ ਅਹਿਦ ਦੇ ਉੱਤੇ ਟਿਕਿਆ ਰਹੇ ਆਪਣੀ ਸਿਹਤ ਦੇ ਲਿਹਾਜ਼ ਨਾਲ ਆਪਣੇ ਪਰਿਵਾਰ ਦੇ ਲਈ ਤੇ ਆਪਣੇ ਆਰਥਿਕ ਵਸੀਲਿਆਂ ਦੇ ਲਈ ਕਿਉਂਕਿ ਜਿਹੜੇ ਨਸ਼ੇ ਆ ਹੋ ਸਕਦਾ ਅਸੀਂ ਲੁਕਸ਼ਿਪ ਕੇ ਕਰਗੇ ਤੇ ਹੋ ਸਕਦਾ ਬਾਹਰ ਆ ਕੇ ਕਰਗੇ ਪਰ ਨੁਕਸਾਨ ਸਭ ਤੋਂ ਵੱਧ ਸਾਡਾ ਨਿੱਜੀ ਤੌਰ ਦੇ ਉੱਤੇ ਹੁੰਦਾ ਪਰ ਇਸ ਮਸਲੇ ਨੂੰ ਇਨਾ ਵੱਡਾ ਪੜੋਲ ਬਣਾਉਣ ਦੀ ਜ਼ਰੂਰਤ ਨਹੀਂ ਸੀ ਜਿਹੜੇ ਬਾਕੀ ਵੱਖ-ਵੱਖ ਪਾਰਟੀਆਂ ਦੇ ਲੋਕ ਆ ਉਹਨਾਂ ਨੇ ਇਸ ਮੁੱਦੇ ਨੂੰ ਇਦਾਂ ਖਿੱਚਿਆ ਵੀ ਜਿਵੇਂ ਇਹ ਕੋਈ ਸੱਚੀ-ਮੁੱੱਚੀ ਪੰਜਾਬ ਦਾ ਬਹੁਤ ਭਖਦਾ ਮੁੱਦਾ ਹੋਵੇ ਪੰਜਾਬ ਦੇ ਵਿੱਚ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦੀ दारू ਨੂੰ ਆਧਾਰ ਬਣਾ ਕੇ ਜਦੋਂ ਅਸੀਂ ਬਿਆਨਬਾਜ਼ੀ ਕਰਗੇ ਤੇ ਬਿਕਰਮ ਸਿੰਘ ਮਜੀਠੀਆ ਹੋਰਾਂ ਨੇ ਜਦੋਂ ਇਹ ਗੱਲ ਕਹੀ ਕਿ ਭਗਵੰਤ ਮਾਨ ਨੇ ਤਾਂ ਇਸ दारू ਦੇ ਕਰਕੇ ਆਪਣਾ ਟੱਬਰ ਵੀ ਗਵਾ ਲਿਆ ਉਹ ਕਹਿੰਦਾ ਜੀ ਮੈਂ ਹੁਣ ਪੰਜਾਬ ਦਾ ਸੇਵਾਦਾਰ ਆ ਮੈਨੂੰ ਲੱਗਦਾ ਕਿ ਇਹੋ ਜੀਆਂ ਨਿੱਜੀ ਚੋਬਾ ਜੜੀਆਂ ਉਹ ਕਿਸੇ ਨੂੰ ਕਿਸੇ ਦੇ ਬਾਰੇ ਵੀ ਨਹੀਂ ਲਾਉਣੀਆਂ ਚਾਹੀਦੀਆਂ ਇਹ ਬੰਦੇ ਦੀ ਜ਼ਾਤੀ ਜ਼ਿੰਦਗੀ ਆ ਉਹਨੇ ਕਿੱਥੇ ਰਹਿਣਾ ਅਡ ਰਹਿਣਾ ਇਕੱਠਿਆ ਰਹਿਣਾ ਕੀ ਕਰਨਾ ਕੀ ਨਹੀਂ ਕਰਨਾ ਗੱਲ ਪੰਜਾਬ ਦੇ ਅਸਲ ਮੁੱਦਿਆਂ ਦੀ ਹੋਣੀ ਚਾਹੀਦੀ ਹੈ ਪਰ ਜਿਸ ਤਰੀਕੇ ਦੇ ਨਾਲ ਵਿਕਰਮਜੀਠੀਆ ਹੋਰਾਂ ਨੇ ਕਿਹਾ ਵੀ ਉਹਨੇ ਤਾਂ ਰਾਤ ਪੈਣ ਨਹੀਂ ਦਿੱਤੀ ਫਿਰ ਉਹਨੇ दारू ਪੀਤੀ ਇਹ ਮੇਰੇ ਕੋਲੇ ਪੱਕੇ ਸਬੂਤ ਹੈਗੇ ਆ ਤੇ ਮੈਨੂੰ ਆਲੇ ਦੁਆਲੇ ਰਿਪੋਟਾਂ ਮਿਲੀਆਂ ਹੁਣ ਵਿਕਰਮ ਸਿੰਘ ਮਜੀਠੀਆ ਸਾਹਿਬ ਨੇ ਜਿਹੜੇ ਉਹਨਾਂ ਦੇ ਕੋਲੇ ਕਿਵੇਂ ਇਹ ਜਾਣਕਾਰੀ ਪਹੁੰਚੀ ਜਾਂ ਕੋਈ ਉਹਨਾਂ ਦਾ ਮਿੱਤਰ ਬੇਲੀ ਨਾਲ ਬਹਿ ਕੇ ਪੀਣ ਵਾਲਾ ਸੀ ਜਾਂ ਆਪਾਂ ਵੈਸੀ ਸ਼ੁਰਲੀ ਛੱਡਤੀ ਇਹਦੇ ਉੱਤੇ ਤਾਂ ਕੋਈ ਟਿੱਪਣੀ ਕਰ ਨਹੀਂ ਸਕਦੇ ਪਰ ਮੇਰਾ ਖਿਆਲ ਆ ਕਿ ਇਹ ਕੋਈ ਇਨਾ ਵੱਡਾ ਮੁੱਦਾ ਨਹੀਂ ਹੈ ਜਿੰਨਾ ਵੱਡਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਕਿਸੇ ਦੇ दारू ਪੀਣੀ ਹੈ ਜਾਂ ਕਿਸੇ ਦੇ ਨਹੀਂ ਪੀਣੀ ਇਹ ਉਹਦੀ ਨਿੱਜੀ ਮਰਜ਼ੀ ਹੈ ਬੰਦੇ ਦੀ ਨਿੱਜੀ ਸਿਹਤ ਹੈ ਪਰ ਇਦਾਂ ਦੀਆਂ ਗੱਲਾਂ ਕਰਨੀਆਂ ਨਹੀਂ ਚਾਹੀਦੀਆਂ ਇੱਕ ਹੋਰ ਗੱਲ ਕਹਿਣੀ ਬਣਦੀ ਹੈ ਕਿ ਭਗਵੰਤ ਮਾਨ दारू ਪੀਂਦਾ ਸੀ ਜਾਂ ਨਹੀਂ ਪੀਂਦਾ ਸੀ ਇਹ ਬਾਤ ਦੀ ਗੱਲ ਪਰ ਜਿੰਨੇ ਪੰਜਾਬ ਦੇ ਵਿੱਚ ਸੰਸਦ ਮੈਂਬਰ ਹੈ 13 ਕੁੱਲ 12 ਦੀ ਕਦੇ ਕੋਈ ਕਾਰਗੁਜ਼ਾਰੀ ਨਹੀਂ ਦੇਖੀ ਲੋਕ ਸਭਾ ਦੇ ਵਿੱਚ ਇੱਕ ਤਿਹਵੇਂ ਦੀ दारू ਪੀਣ ਦੀ ਅਸੀਂ ਦੇਖਦੇ ਰਹੇ ਹਾਂ ਪੰਜਾਬ ਦੇ ਵਿੱਚ ਭਜ ਨਟ ਕਰਨ ਵਾਲਿਆਂ ਦੇ ਵਿੱਚ ਚੰਗੀ ਤਕਰੀਰ ਕਰਨ ਵਾਲਿਆਂ ਦੇ ਵਿੱਚ 12 ਜਾਣੇ ਕਿੰਨੇ ਕਾਬਿਲ ਹੈ ਤੇ 13ਵਾਂ ਕਿੰਨਾ ਖਕਾਬਲਾ ਇਹਦੇ ਬਾਰੇ ਆਪਾਂ ਸਾਰੇ ਜਾਣਦੇ ਆ ਆਮ ਆदमी ਪਾਰਟੀ ਨੂੰ ਥੱਲੇ ਲਿਆਉਣ ਦੇ ਵਿੱਚ ਜਾਂ ਉੱਪਰ ਲਿਜਾਣ ਦੇ ਵਿੱਚ ਭਗਵੰਤ ਮਾਨ ਦਾ ਚੰਗਾ ਰੋਲ ਹੋਵੇ ਜਾਂ ਮਾੜਾ ਹੋਵੇ ਉਹਦੇ ਬਾਰੇ ਆਪਾਂ ਸਾਰੇ ਜਾਣਦੇ ਆ ਪਰ ਜੇ ਅਸੀਂ ਗੱਲ ਸਿਰਫ ਤੇ ਸਿਰਫ ਸਰਗਰਮੀ ਦੇ ਉੱਤੇ ਆਧਾਰਿਤ ਕਰਗੇ ਤਾਂ ਭਗਵੰਤ ਮਾਨ ਦੀਆਂ ਸਰਗਰਮੀਆਂ ਬਥੇਰੀਆਂ ਭਗਵੰਤ ਮਾਨ ਨੇ ਭਜਨਠ ਦੇ ਵਜਿਤਾ ਕਸਰ ਕੋਈ ਨਹੀਂ ਛੱਡੀ ਆਮ ਆदमी ਪਾਰਟੀ ਦਾ ਪਵਿੱਖ ਕੀ ਆ ਇਹਦੇ ਬਾਬਤ ਆਪਾਂ ਕੋਈ ਨਹੀਂ ਟਿੱਪਣੀ ਕਰ ਸਕਦੇ ਕਿਉਂਕਿ ਹੋ ਸਕਦਾ ਜਿਸ ਤਰੀਕੇ ਨਾਲ ਝਾੜੂ ਖਿਲ ਰਿਹਾ ਹੋ ਸਕਦਾ ਮਾੜੇ ਨਤੀਜੇ ਵੀ ਹੋਣ ਪਰ ਭਗਵੰਤ ਨੂੰ ਇੱਕ ਗੱਲ ਦੇ ਉੱਤੇ ਘੇਰਨਾ ਭਗਵੰਤ ਨੂੰ ਸਿਰਫ दारू ਦੇ ਉੱਤੇ ਘੇਰਨਾ ਤੇ ਇਹੋ ਜੀਆਂ ਚਟਪਟੀਆਂ ਗੱਲਾਂ ਕਰ ਕਰਕੇ ਤੇ ਅਸੀਂ ਸਿਰਫ ਤੇ ਸਿਰਫ মিডিਏ ਦੇ ਵਿੱਚ ਛਾਉਣ ਦੀ ਇੱਛਾ ਪਾਲਣੀ ਇਹ ਕੋਈ ਬਾਲੀ ਸਿਆੜੀ ਗੱਲ ਹੈ ਨਹੀਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਦੋਸਤੋ ਅਸੀਂ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ ਪਰ ਪਹਿਲਾਂ ਲੈਨੇਕ ਫੁੱਟ ਦੀ ਬਰੇਕ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਦੋਸਤੋ ਕੁਝ ਹੋਰ ਖਬਰਾਂ ਉੱਤੇ ਟਿੱਪਣੀਆਂ ਕਰਦੇ ਹਾਂ ਸਾਡੇ ਚੁਣੇ ਹੋਏ ਨੁਮਾਇੰਦੇ ਕਈ ਵਾਰ ਇਹੋ ਜਿਹੀਆਂ ਗਲਤੀਆਂ ਕਰਦੇ ਆ ਕਈ ਵਾਰ ਇਹੋ ਜਿਹੇ ਦਾਬੇ ਮਾਰਦੇ ਆ ਕਿ ਜਦੋਂ ਸਬੂਤਾਂ ਦੇ ਸਮੇਤ ਗੱਲ ਸਾਹਮਣੇ ਆਉਂਦੀ ਆ ਤਾਂ ਫਿਰ ਸ਼ਾਇਦ ਉਹਨਾਂ ਦੀ ਕਰਿਕਰੀ ਹੁੰਦੀ ਆ ਜਾਂ ਨਹੀਂ ਇਹ ਉਹ ਜਾਣਦੇ ਆ ਪਰ ਲੋਕਾਂ ਦੀਆਂ ਨਜ਼ਰਾਂ ਦੇ ਵਿੱਚੋਂ ਉਹ ਉਤਰਨਾ ਸ਼ੁਰੂ ਹੋ ਜਾਂਦੇ ਆ ਪਿੱਛੇ ਜੇ ਆਪਾਂ ਖਬਰਦਾਰ ਨਹੀਂ ਕੀਤੀ ਸੀ ਦਵਿੰਦਰ ਸਿੰਘ ਕੋਹਾਯਾ ਨੇ ਇੱਕ ਔਰਤ ਪੁਲਿਸ ਕਰਮਚਾਰੀ ਦੇ ਨਾਲ ਬਦਸਲੂਕੀ ਕੀਤੀ ਸੀ ਫੋਨ ਦੇ ਉੱਤੇ ਉਹਨੇ ਧਮਕੀਆਂ ਵੀ ਦਿੱਤੀਆਂ ਸੀ ਉਹਨੇ ਉਲਾਂਬੇ ਵੀ ਦਿੱਤੇ ਸੀ ਇਹ ਗੱਲ ਕਹੀ ਸੀ ਕਿ ਫਿਰ ਤੇਰਾ ਟੰਡ ਫੋੜੀਏ ਜੜੀ ਬੋਰੀ ਬਿਸਤਰਾ ਜਿਹੜਾ ਉਹ ਚਕਾ ਦੇਾਂਗੇ ਤੂੰ ਸਾਡੀ ਗੱਲ ਨਹੀਂ ਮੰਨਦੀ ਤੂੰ ਚਲਾਨ ਇਦਾਂ ਕੱਟਦੀਆਂ ਕਈ ਗੱਲਾਂ ਹੋਈਆਂ ਸੀ ਉਸ ਕੁੜੀ ਦੀ ਖਾਸੀ ਚਰਚਾ ਹੋਈ ਸੀ ਸਿਰਫ ਇਹਸ ਕਰਕੇ ਵੀ ਉਹ ਆਪਣੀ ਡਿਊਟੀ ਦੇ ਉੱਤੇ ਸਹੀ ਤਰੀਕੇ ਨਾਲ ਖੜੀ ਸੀ ਉਹਨੇ ਕੋਈ ਗਲਤ ਕੰਮ ਨਹੀਂ ਕੀਤਾ ਹੁਣ ਉਹੋ ਜੀ ਇੱਕ ਹੋਰ ਖਬਰ ਆ ਗਈ ਹੈ ਰਾਜਵਿੰਦਰ ਕੌਰ ਭਾਗੀ ਕੇਨੀ ਹਾਲ ਸਿੰਘ ਵਾਲਾ ਤੋਂ ਸਾਬਕਾ ਐਮਐਲਏ ਆ ਉਹਦੇ ਵੱਲੋਂ ਇੱਕ ਐਸਆਈ ਨੂੰ ਗਲਤ ਬੋਲਿਆ ਗਿਆ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਆਡੀਓ ਕਲਿੱਪ ਦੇ ਜਿਸ ਤਰੀਕੇ ਦੇ ਨਾਲ ਉਸ ਬੀਬੀ ਨੇ ਪੁਲਿਸ ਅਧਿਕਾਰੀ ਨੂੰ ਇਹ ਬੋਲਿਆ ਕਿ ਤੁਸੀਂ ਕੁੱਤਪੁਣਾ ਬਹੁਤ ਕਰਦੇ ਹੋ ਤੁਹਾਨੂੰ ਇਹਦਾ ਨਹੀਂ ਕਰਨਾ ਚਾਹੀਦਾ ਤੁਸੀਂ ਜੇਕਰ ਬੰਦਿਆਂ ਵਾਂਗੂ ਡਿਊਟੀ ਕਰਨੀ ਤਾਂ ਦੱਸੋ ਜੇ ਕਿਤੇ ਹੋਰ ਜਾਣਾ ਤਾਂ ਫਿਰ ਇਹ ਦੱਸੋ ਤੁਹਾਡੇ ਵਰਗੇ ਵੀ ਫਿਰਦੇ ਆ ਬੜੀਆਂ ਗੱਲਾਂ ਬੀਬੀ ਰਾਜਵਿੰਦਰ ਕੌਰ ਭਾਗੀ ਕਿਨੇ ਕਹੀਆਂ ਪਰ ਅੱਗੋਂ ਜੋ ਪੁਲਿਸ ਕਰਮਚਾਰੀ ਆ ਅਧਿਕਾਰੀ ਆ ਉਹ ਸਹੀ ਤਰੀਕੇ ਨਾਲ ਉੱਤਰ ਦਿੰਦਾ ਉਹਨੇ ਇਹ ਵੀ ਗੱਲ ਕਹੀ ਹੈ ਜੀ ਜੇਕਰ ਸਾਨੂੰ ਬਦਲਾਉਣਾ ਤਾਂ ਬਦਲਾ ਦਿਓ ਅਸੀਂ ਕਿਤੇ ਹੋਰ ਨੌਕਰੀ ਕਰ ਲਾਂਗੇ ਬੀਬੀ ਜੀ ਇਸ ਗੱਲ ਦੇ ਉੱਤੇ ਹੀ ਅੜੇ ਹੋਏ ਆ ਵੀ ਜਦੋਂ ਮੈਂ ਤੈਨੂੰ ਫੋਨ ਕੀਤਾ ਤੂੰ ਸਤਿ ਸ਼੍ਰੀ ਅਕਾਲ ਕਿਉਂ ਨਹੀਂ ਕਿਹਾ ਅੱਗੋਂ ਉਹ ਵਾਰ-ਵਾਰ ਕਹਿ ਰਿਹਾ ਜੀ ਕਿ ਮੈਨੂੰ ਪਤਾ ਹੀ ਨਹੀਂ ਸੀ ਵੀ ਤੁਸੀਂ ਹੋ ਮੈਂ ਕਿਹੜਾ ਤੁਹਾਡਾ ਨੰਬਰ ਫੀਡ ਕੀਤਾ ਅੱਗੋਂ ਬੀਬੀ ਜੀ ਇਹ ਗੱਲ ਕਹਿ ਰਿਹਾ ਕਿ ਤੇਰੇ ਮੋਬਾਈਲ ਦੇ ਵਿੱਚ ਨੰਬਰ ਮੈਂ ਥੋੜੀ ਫੀਡ ਕਰਕੇ ਜੜਾ ਇਹ ਤੇਰਾ ਕੰਮ ਹੈ ਤੈਨੂੰ ਪਤਾ ਹੋਣਾ ਚਾਹੀਦਾ ਇੱਕ ਵਿਧਾਇਕਾ ਜਿਹੜੀ ਸਾਬਕਾ ਉਹਦਾ ਕਿਸੇ ਵੀ ਵੇਲੇ ਫੋਨ ਆ ਸਕਦਾ ਅਸੀਂ ਬੰਦਾ ਲਵਾਉਣਾ ਹੁੰਦਾ ਅਸੀਂ ਆਹ ਕਰਨਾ ਹੁੰਦਾ ਬੀਬੀ ਜੀ ਜੇਕਰ ਸਾਬਕਾ ਐਮਐਲਏ ਦੀ ਥਾਂ ਦੇ ਉੱਤੇ ਵਰਤਮਾਨ ਐਮਐਲਏ ਹੁੰਦੇ ਤਾਂ ਪਤਾ ਨਹੀਂ ਕੀ ਕਰਦੇ ਪਰ ਉਹ ਸਾਬਕਾ ਹੋ ਕੇ ਜਿਵੇਂ ਦਬਕੇ ਮਾਰ ਰਿਹਾ ਹੈ ਇਦੇ ਉੱਤੇ ਬਹੁਤ ਵੱਡੀਆਂ ਖਬਰਾਂ ਆਈਆਂ ਪਹਿਲਾਂ ਉਹ ਖਬਰ ਸਾਂਝੀ ਕਰਦੇ ਆ ਜਿਹੜੀ ਉਸ ਪੁਲਿਸ ਅਧਿਕਾਰੀ ਦੇ ਸੰਦਰਭ ਦੇ ਵਿੱਚ ਸਾਡੇ ਤੱਕ ਪਹੁੰਚੀ ਹੈ ਜਿਹੜੇ ਕਿ ਥਾਣੇ ਦੇ ਮੁਖੀ ਨੇ ਤੇ ਉਹਨਾਂ ਨੇ ਕੀ ਕੀ ਕੁੱਝ ਕਿਹਾ ਉਸ ਤੋਂ ਬਾਅਦ ਕਰਾਂਗੇ ਟਿੱਪਣੀ ਸਿਆਸੀ ਲੀਡਰਾਂ ਦੇ ਵੱਲੋਂ ਪੁਲਿਸ ਮੁਲਾਜ਼ਮਾਂ ਨੂੰ ਫੋਨ ਤੇ ਧਮਕਾਉਣਾ ਕੋਈ ਨਵੀਂ ਗੱਲ ਨਹੀਂ ਹੈ ਪਿਛਲੇ ਸਾਲ ਫਾਜ਼ਿਲਕਾ ਤੋਂ ਕਾਂਗਰਸੀ ਵਿਧਾਇਕ ਦਵਿੰਦਰ ਸਿੰਘ ਕੁਬਾਇਆ ਦਾ ਆਡੀਓ ਵਾਇਰਲ ਹੋਇਆ ਸੀ ਤੇ ਪਿਛਲੇ ਦਿਨੀ ਇਸੇ ਤਰ੍ਹਾਂ ਕਾਂਗਰਸੀ ਮਹਿਲਾ ਆਗੂ ਰਾਜਵਿੰਦਰ ਕੌਰ ਭਾਗੀਕੇ ਦਾ ਐਸਆਈ ਕੁਲਵੰਤ ਸਿੰਘ ਨੂੰ ਧਮਕਾਉਣ ਵਾਲਾ ਆਡੀਓ ਖੂ ਵਿਰਲ ਹੋ ਰਿਹਾ ਵਿਸਥਾਰ ਦੇ ਰਣ ਦੱਸਣਾ ਬਣਦਾ ਹੈ ਕਿ ਰਾਜਵਿੰਦਰ ਕੌਰ ਭਾਗੀ ਕੇ 2017 ਦੇ ਵਿੱਚ ਅਕਾਲੀ ਦਲ ਛੱਡ ਕੇ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਸਨ ਤੇ ਉਹ ਮੋਗਾ ਤੋਂ ਸਾਬਕਾ ਵਿਧਾਇਕ ਨੇ ਇਸ ਵਾਇਰਲ ਹੋ ਰਹੀ ਆਡੀਓ ਦੇ ਬਾਰੇ ਜਦੋਂ ਐਸਆਈ ਕੁਲਵੰਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਰਾਜਵਿੰਦਰ ਕੌਰ ਨਾਲ ਫੋਨ ਤੇ ਹੋਈ ਵਾਰਤਾ ਲਾਪ ਬਾਰੇ ਮੰਨਿਆ ਤੇ ਆਪਣਾ ਸਪਸ਼ਟੀਕਰਨ ਦਿੱਤਾ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਪੰਚਾਇਤੀ ਚੋਣਾਂ ਵਿੱਚ ਕਿਸੇ ਦੀ ਨਿੱਜੀ ਮਦਦ ਨਹੀਂ ਕੀਤੀ ਇਸ ਦੇ ਨਾਲ ਹੀ ਐਸਆਈ ਨੇ ਬੀਬੀ ਭਾਗੀਕੇ ਦੇ ਵੱਲੋਂ ਲਾਏ ਗਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਇੱਥੇ ਵੀ ਦੱਸਣਾ ਬਣਦਾ ਹੈ ਕਿ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਕਾਨੂੰਨ ਦੇ ਅਧਿਕਾਰੀਆਂ ਨੂੰ ਫੋਨ ਦੇ ਉੱਤੇ ਧਮਕਾਇਆ ਜਾਂਦਾ ਹੈ ਤੇ ਉਹਨਾਂ ਦੀ ਕੀਤੀ ਜਾਂਦੀ ਡਿਊਟੀ ਦੇ ਵਿੱਚ ਵਿਘਨ ਪੈਦਾ ਕੀਤੇ ਜਾਂਦੇ ਨੇ ਇਹ ਦੂਜੀ ਵਾਰ ਹੋਇਆ ਜਦੋਂ ਕਾਂਗਰਸ ਪਾਰਟੀ ਦੇ ਹੀ ਕਿਸੇ ਆਗੂ ਨੇ ਫੋਨ ਕਰਕੇ ਪੁਲਿਸ ਅਧਿਕਾਰੀ ਨੂੰ ਇਸ ਤਰੀਕੇ ਨਾਲ ਧਮਕਾਇਆ ਹੋਵੇ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਆਂ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿ ਸਭ ਜਾਣਦੇ ਆ ਕਿ ਕਿਸੇ ਵੀ ਹਲਕੇ ਦੇ ਵਿਧਾਇਕ ਦੀ ਮਰਜ਼ੀ ਤੋਂ ਬਿਨਾ ਉਥੋਂ ਦੇ ਐਮਪੀ ਦੀ ਮਰਜ਼ੀ ਤੋਂ ਬਿਨਾ ਕਿਸੇ ਥਾਣੇ ਦੇ ਵਿੱਚ ਕੋਈ ਮੁਖੀ ਲੱਗ ਨਹੀਂ ਸਕਦਾ ਪਸੰਦੀਦਾ ਮੁਖੀ ਲਵਾਇਆ ਜਾਂਦਾ ਹੈ ਉਹਦੇ ਕੋਲੋਂ ਪਸੰਦੀਦਾ ਕੰਮ ਕਰਵਾਏ ਜਾਂਦੇ ਆ ਵੱਡੀ ਗਿਣਤੀ ਦੇ ਵਿੱਚ ਰਾਜਨੀਤਿਕ ਲੋਕਾਂ ਦੇ ਵੱਲੋਂ ਤੇ ਜੇਕਰ ਕੋਈ ਨਹੀਂ ਮੰਨਦਾ ਤਾਂ ਫਿਰ ਉਹਦਾ ਬੋਰੀਆ ਬਿਸਤਰਾ ਕਿਤੇ ਹੋਰ ਭੇਜ ਦਿੱਤਾ ਜਾਂਦਾ ਹੈ ਯਾਨੀ ਕਿ ਉਹ ਬੰਦਾ ਸਿਰਫ ਤੇ ਸਿਰਫ ਘੁੰਮਣ ਘੇਰੀ ਦੇ ਵਿੱਚ ਫਸ ਕੇ ਰਹਿ ਜਾਂਦਾ ਜਿਹੜੇ ਹਾਲਾਤ ਦੇ ਵਿੱਚ ਵਿਧਾਇਕ ਦੇ ਕਹਿਣ ਦੇ ਉੱਤੇ ਐਸਐਚਓ ਲੱਗਦੇ ਹੋਣ ਜਿਹੜੇ ਹਾਲਾਤ ਦੇ ਵਿੱਚ ਉਹ ਲੋਕ ਕੰਮ ਕਰਦੇ ਹੋਣ ਇਸ ਹਾਲਾਤ ਦੇ ਵਿੱਚ ਅਸੀਂ ਕਿਵੇਂ ਕਿਆਸ ਕਰ ਸਕਦੇ ਆ ਕਿ ਕੰਮ ਪਾਰਦਰਸ਼ੀ ਹੋਣਗੇ ਕਿਵੇਂ ਅਸੀਂ ਕਾਨੂੰਨ ਦਾ ਰਾਜ ਕਹਿ ਸਕਦੇ ਆ ਕਿਵੇਂ ਅਸੀਂ ਇਨਸਾਫ ਦੀ ਗੱਲ ਕਹਿ ਸਕਦੇ ਆ ਇਹ ਕੋਈ ਨਵੀਂ ਗੱਲ ਨਹੀਂ ਇਹ ਤਾਂ ਗੱਲਾਂ ਚਲੋ ਹੁਣ ਸੋਸ਼ਲ ਮੀਡੀਆ ਸਰਗਰਮ ਹੋਣ ਕਰਕੇ ਬਾਹਰ ਆ ਜਾਂਦੀਆਂ ਪਰ ਗੱਲਾਂ ਤਾਂ ਇਹ ਕਈ ਦਹਾਕਿਆਂ ਤੋਂ ਇਵੇਂ ਚੱਲੀਆਂ ਆਉਂਦੀਆਂ ਅਕਾਲੀਆਂ ਦੇ ਰਾਜ ਦੇ ਵਿੱਚ ਵੀ ਇਹੀ ਕੁਝ ਸੀ ਐਸਐਚਓ ਨੂੰ ਜਾਂਦਾ ਸੀ ਫੋਨ ਕਿਸੇ ਵੀ ਅਕਾਲੀ ਨੇਤਾ ਦਾ ਭਾਜਪਾਈ ਨੇਤਾ ਦਾ ਤੇ ਮਿੰਟਾਂ ਸੈਕਿੰਟਾਂ ਦੇ ਵਿੱਚ ਕੰਮ ਹੋ ਜਾਂਦਾ ਸੀ ਤੇ ਜੇਕਰ ਨਹੀਂ ਜਾਂਦਾ ਸੀ ਤਾਂ ਜਿਹੜਾ ਭੋਰਾ ਕੰਮ ਹੁੰਦਾ ਉਹਨੂੰ ਬਹੁਤ ਵੱਡਾ ਬਣਾ ਦਿੱਤਾ ਜਾਂਦਾ ਸੀ ਫਿਰ ਬੰਦਾ ਢੀੜੇ ਤੇ ਢੀੜਾ ਢੀੜੇ ਤੇ ਢੀੜਾ ਮਾਰਦਾ ਤੇ ਉਸ ਵਿਚਾਰੇ ਦੀ ਖੱਜਲ ਖਵਾਰੀ ਦਾ سلسلہ ਇਹੋ ਜਿਹਾ ਹੁੰਦਾ ਸੀ ਕਿ ਕੰਮ ਛੁੱਟ ਕੇ ਰਹਿ ਜਾਂਦਾ ਸੀ ਹੁਣ ਜਿਹੜੀ ਖਬਰ ਆਈ ਆ ਰਾਜਵਿੰਦਰ ਕੌਰ ਭਾਗੀ ਕੇ ਦਰ ਨਾਲ ਸੰਬੰਧਤ ਸੋਚਣਾ ਬਣਦਾ ਹੈ ਕਿ ਜੇਕਰ ਇੱਕ ਸਾਬਕਾ ਵਿਧਾਇਕਾ ਦੇ ਵੱਲੋਂ ਇਹੋ ਜਿਹੇ ਦਬਕੇ ਮਾਰੇ ਜਾਂਦੇ ਆ ਤਾਂ ਜਿਹੜੇ ਵਰਤਮਾਨ ਵਿਧਾਇਕਾਂ ਜਾਂ ਜਿਹੜੇ ਇਸ ਵਕਤ ਮੰਤਰੀ ਸਹਿਬਾਨ ਆ ਉਹਨਾਂ ਦਾ ਕਿੰਨਾ ਦਾਬਾ ਹੋਊਗਾ ਆਪੋ ਆਪਣੇ ਹਲਕਿਆਂ ਦੇ ਵਿੱਚ ਆਪੋ ਆਪਣੇ ਖੇਤਰਾਂ ਦੇ ਵਿੱਚ ਪੁਲਿਸ ਮੁਖੀਆਂ ਦੇ ਉੱਤੇ ਤੇ ਬਾਕੀ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਉੱਤੇ ਇਹ ਸਿਰਫ ਦੋ ਮਾਮਲੇ ਸਾਡੇ ਸਾਹਮਣੇ ਆਏ ਆ ਪਹਿਲਾਂ ਦਵਿੰਦਰ ਸਿੰਘ ਕੁਬਾਇਆ ਦਾ ਹੁਣ ਰਾਜਵਿੰਦਰ ਕੌਰ ਭਾਗੀਕੇ ਦਾ ਹੁਣ ਬੇਸ਼ੱਕ ਬੀਬੀ ਭਾਗੀਕੇ ਇਹ ਗੱਲ ਕਹਿਣ ਕਿ ਮੇਰੀ ਤਾਂ ਜੀ ਆਡੀਓ ਕਲਿੱਪ ਜਾਣਬੁੱਝ ਕੇ ਵਾਇਰਲ ਕੀਤੀ ਗਈ ਮੇਰੀ ਗੱਲ ਨੂੰ ਤੋੜ-ਬੜੋੜ ਕੇ ਪੇਸ਼ ਕੀਤਾ ਗਿਆ ਇਹ ਤਾਂ ਮੇਰੀ ਆਵਾਜ਼ ਹੈ ਹੀ ਨਹੀਂ ਕਿਸੇ ਹੋਰ ਦੀ ਭਰੀ ਗਈ ਹੈ ਇਹ ਸਾਰੀਆਂ ਗੱਲਾਂ ਹੁਣ ਤੱਕ ਨਹੀਂ ਰੱਖਦੀਆਂ ਇਹਨਾਂ ਦਾ ਕੋਈ ਮਾਇਨਾ ਨਹੀਂ ਰਹਿਣਾ ਕਿਉਂਕਿ ਲੋਕ ਪਲਾਂ ਛਣਾਂ ਦੇ ਵਿੱਚ ਹੀ ਹੁਣ ਜਾਣ ਜਾਂਦੇ ਆ ਕਿ ਕਿਹਨੇ ਕਿਹਨੂੰ ਕਿਹੜੀ ਗੱਲ ਕਹੀ ਆ ਤੇ ਕਿਹੜੇ ਕਾਰਨ ਕਰਕੇ ਕਹੀ ਆ ਸੋ ਇਸ ਕਰਕੇ ਇਹ ਜੜੀਆਂ ਖਬਰਾਂ ਨਹੀਂ ਇਹ ਜੜੀਆਂ ਆਡੀਓ ਵੀਡੀਓ ਕਲਿੱਪ ਸਭ ਦੇ ਸਾਹਮਣੇ ਆਉਂਦੀਆਂ ਇਹ ਹੈਰਾਨ ਇਸ ਕਰਕੇ ਕਰਦੀਆਂ ਕਿ ਜਨਤਾ ਦੇ ਚੁਣੇ ਹੋਏ ਨੁਮਾਇੰਦੇ ਜਿਹੜੇ ਉਹ ਕਿਸ ਤਰੀਕੇ ਦੇ ਨਾਲ ਸਰਕਾਰੀ ਕਰਮਚਾਰੀਆਂ ਦੇ ਉੱਤੇ ਅਧਿਕਾਰਗਾਂ ਦੇ ਉੱਤੇ ਦਬਾਵਾ ਮਾਰਦੇ ਆ ਕਿਸ ਤਰੀਕੇ ਦੇ ਨਾਲ ਉਹ ਕਹਿੰਦੇ ਆ ਵੀ ਸਾਡੀ ਜੀ ਹਜ਼ੂਰੀ ਕੀਤੀ ਜਾਵੇ ਪਹਿਲਾਂ ਸਲਾਮ ਠੋਕੋ ਕੰਮ ਕਰਨਾ ਨਾ ਕਰਨਾ ਇਹ ਬਾਅਦ ਦੀ ਗੱਲ ਹੈ ਇਸ ਧਾਰਨਾ ਨੂੰ ਇਸ ਸਪਿਰਤ ਨੂੰ ਬਦਲਣ ਦੀ ਲੋੜ ਹੈ ਜੇਕਰ ਅਸੀਂ ਚਾਹੁੰਦੇ ਆ ਕਿ ਸੱਚੀ ਮੁੱਚੀ ਪਾਰਦਰਸ਼ਤਾ ਵਾਲਾ ਰਾਜ ਹੋਵੇ ਜੇਕਰ ਅਸੀਂ ਚਾਹੁੰਦੇ ਆ ਕਿ ਸੱਚੀ ਮੁੱਚੀ ਸਹੀ ਕੰਮ ਅਸਲ ਵੇਲੇ ਦੇ ਵਿੱਚ ਹੋਣ ਬਰਨਾਲੇ ਵਾਲੀ ਰੈਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਹੋਰਾਡੇ ਮੰਚ ਤੋਂ ਖੜ ਕੇ ਜਿਹੜੀਆਂ ਗੱਲਾਂ ਕਹੀਆਂ ਉਹ ਕਈ ਕਿਸਮ ਦੇ ਸਵਾਲ ਖੜੇ ਕਰ ਗਈਆਂ। ਉਹਨਾਂ ਨੇ ਇਹ ਗੱਲ ਕਹੀ ਕਿ ਝਾੜੂ ਦੇ ਵਿੱਚੋਂ ਜੇਕਰ 2 4 5 7 ਤੀਲੇ ਨਿਕਲ ਜਾਣ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਝਾੜੂ ਖਤਮ ਹੋ ਗਿਆ। ਝਾੜੂ ਨੂੰ ਹੁਣ ਕੋਈ ਪੁੱਛਦਾ ਨਹੀਂ। ਉਹਨਾਂ ਨੇ ਕਿਹਾ ਵੀ ਜੇਕਰ ਤੀਲੇ ਨਿਕਲ ਵੀ ਜਾਣ ਤਾਂ ਝਾੜੂ ਝਾੜੂ ਹੀ ਰਹਿੰਦਾ ਹੈ। ਸਾਡਾ ਝਾੜੂ ਆ ਜਿਹੜਾ ਉਹਨੇ ਗੰਦਗੀ ਦੀ ਸਫਾਈ ਕੀਤੀ ਹੈ ਜਿਹੜੇ ਕੁਝ ਕੁ ਲੋਕ ਪਾਰਟੀ ਦੇ ਹਿੱਤ ਦੇ ਵਿੱਚ ਨਹੀਂ ਸੀ। ਉਹ ਅਸੀਂ ਝਾੜੂ ਦੇ ਨਾਲ ਸਾਫ਼ ਕਰਤੇ ਆ। ਹੁਣ ਗੰਦ ਗੰਦ ਬਾਹਰ ਨਿਕਲ ਗਿਆ ਚੰਗੇ ਚੰਗੇ ਲੋਕ ਅੰਦਰ ਰਹਿ ਗਏ ਆ ਉਹਨਾਂ ਦਾ ਇਸ਼ਾਰਾ ਸੁਖਪਾਲ ਸਿੰਘ ਖੈਰਾ ਦੇ ਵੱਲ ਵੀ ਸੀ ਕਈ ਹੋਰ ਬਾਗੀ ਵਿਧਾਇਕਾਂ ਦੇ ਵੱਲ ਵੀ ਸੀ ਜਿਹੜੇ ਲੰਘੇ ਵੇਲੇ ਦੇ ਵਿੱਚ ਕੱਢੇ ਜਾਂ ਛੱਡੇ ਲੋਕ ਆ ਉਹਨਾਂ ਦੇ ਵੱਲ ਵੀ ਸੀ ਉਹਨਾਂ ਦੀ ਨਜ਼ਰ ਦੇ ਵਿੱਚੋਂ ਸਾਰੇ ਗੰਦ ਆ ਜਿਹੜੇ ਪਾਰਟੀ ਦੇ ਵਿੱਚੋਂ ਚਲੇ ਗਏ ਆ ਆਪਣੀ ਮਰਜ਼ੀ ਨਾਲ ਜਾਂ ਕੱਢ ਦਿੱਤੇ ਗਏ ਆ ਪਰ ਜਿਹੜੇ ਹੁਣ ਵਰਤਮਾਨ ਸਮੇਂ ਦੇ ਵਿੱਚ ਉਹਨਾਂ ਨੂੰ ਚੰਗੇ ਲੱਗਦੇ ਆ ਇਹਨਾਂ ਦੇ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਆ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕੋਈ ਨਾ ਕੋਈ ਚੰਗਾ ਪ੍ਰਦਰਸ਼ਨ ਕਰਕੇ ਦਿਖਾਉਣ ਦੀ ਸਿਮਰਜੀਤ ਸਿੰਘ ਬੈਂਸੋਰਾ ਨੇ ਅੱਜ ਇਹ ਗੱਲ ਕਹੀ ਹੈ ਉਹ ਕਹਿੰਦੇ ਜੀ ਹੁਣ ਪਤਾ ਲੱਗ ਜਾਣਾ ਕਿਹੜਾ ਬਹੁਤੇ ਮਹੀਨੇ ਬਾਕੀ ਆ 4-5 ਮਹੀਨਾ ਦੀ ਗੱਲ ਹੈ ਵੀ ਚੰਗੇ ਬੰਦੇ ਕਿਹੋ ਜਿੇ ਨਤੀਜੇ ਲੈ ਕੇ ਆਉਂਦੇ ਆ ਤੇ ਗੰਦੇ ਬੰਦੇ ਕਿਹੋ ਜੇ ਸਿਗੇ ਸਭ ਕੁਝ ਕੇਜਰੀਵਾਲ ਸਾਹਿਬ ਦੇ ਸਾਹਮਣੇ ਆ ਜਾਣਾ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਕੇਜਰੀਵਾਲ ਹੋਰੀ ਪੰਜਾਬ ਦੇ ਵਿੱਚ ਆ ਕੇ ਪੰਜਾਬ ਦੇ ਹੁੰਦੇ ਆ ਹਰਿਆਣਾ ਵਿੱਚ ਪਹੁੰਚ ਕੇ ਉੱਥੋਂ ਦੇ ਹੋ ਜਾਂਦੇ ਦਿੱਲੀ ਦੇ ਵਿੱਚ ਪਹੁੰਚ ਕੇ ਉੱਥੋਂ ਦੇ ਹੋ ਜਾਂਦੇ ਆ ਉਹਨਾਂ ਨੇ ਕਿਹਾ ਵੀ ਕੇਜਰੀਵਾਲ ਝੂਠ ਬੋਲਣ ਦਾ ਬ੍ਰੈਂਡ ਮਾਸਟਰ ਹੈ ਕੇਜਰੀਵਾਲ ਦਾ ਮੁਕਾਬਲਾ ਕੋਈ ਨਹੀਂ ਝੂਠ ਬੋਲਣ ਦੇ ਵਿੱਚ ਤੇ ਹੋਰ ਕਿਹੜੀਆਂ-ਕਿਹੜੀਆਂ ਗੱਲਾਂ ਕਹੀਆਂ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਬਾਅਦ ਵਿੱਚ ਕਰਾਂਗੇ ਟਿੱਪਣੀ ਅਰਵਿੰਦ ਕੇਜਰੀਵਾਲ ਵੱਲੋਂ ਬਰਨਾਲਾ ਵਿਖੇ ਰੈਲੀ ਦੌਰਾਨ ਝਾੜੂ ਦੇ ਵਿੱਚੋਂ ਕੁਝ ਤੀਲਿਆਂ ਦੇ ਜਾਣ ਨਾਲ ਫਰਕ ਨਾ ਪੈਣ ਦੇ ਦਿੱਤੇ ਗਏ ਬਿਆਨ ਦੇ ਉੱਤੇ ਸਿਮਰਜੀਤ ਵੈਂਸ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਵੈਂਸ ਨੇ ਕਿਹਾ ਕਿ ਝਾੜੂ ਵਿੱਚ ਦੋ ਤਿੰਨ ਤੀਲੇ ਨਹੀਂ ਨਿਕਲੇ ਸਗੋਂ ਝਾੜੂ ਨੂੰ ਸਾਂਭਣ ਵਾਲਾ ਸਾਰਾ ਮੁੱਢ ਹੀ ਖਿਲਰ ਚੁੱਕਿਆ ਤੇ ਕੇਜਰੀਵਾਲ ਕੋਲ ਪੰਜਾਬ ਦਾ ਬਚਿਆ ਖੋਚਾ ਸਮਾਨ ਹੈ ਜਦਕਿ ਝਾੜੂ ਨੂੰ ਇਕੱਠਾ ਰੱਖਣ ਵਾਲਾ ਕਲਿੱਪ ਹੀ ਨਿਕਲ ਚੁੱਕਿਆ ਉਹਨਾਂ ਨੇ ਕਿਹਾ ਕਿ ਕੇਜਰੀਵਾਲ ਕਹਿੰਦੇ ਨੇ ਕਿ ਪਾਰਟੀ ਦੇ ਵਿੱਚੋਂ ਕੁਝ ਆਗੂਆਂ ਦੇ ਜਾਣ ਨਾਲ ਫਰਕ ਨਹੀਂ ਪਵੇਗਾ ਪਰ ਇਹ ਤਾਂ ਲੋਕ ਸਭਾ ਚੋਣਾਂ ਦੇ ਨਤੀਜੇ ਦੱਸਣਗੇ ਕਿ ਫਰਕ ਪੈਂਦਾ ਹੈ ਜਾਂ ਫਿਰ ਨਹੀਂ ਬੈਂਸ ਨੇ ਕਿਹਾ ਕਿ ਕੇਜਰੀਵਾਲ ਦਾ ਕੋਈ ਸਟੈਂਡ ਨਹੀਂ ਹਰਿਆਣੇ ਵਿੱਚ ਜਾ ਕੇ ਕੇਜਰੀਵਾਲ ਪੰਜਾਬ ਦੇ ਖਿਲਾਫ ਬੋਲਣਾ ਸ਼ੁਰੂ ਕਰਦਾ ਹੈ ਬਰਨਾਲਾ ਰੈਲੀ ਵਿੱਚ ਕੇਜਰੀਵਾਲ ਵੱਲੋਂ ਦਲਤਾਂ ਦੇ ਹੱਕ ਦੀ ਗੱਲ ਕੀਤੀ ਗਈ ਜਦ ਕਿ ਸਚਾਈ ਇਹ ਹੈ ਕਿ ਜੇਕਰ ਕੇਜਰੀਵਾਲ ਦਲਤਾਂ ਦਾ ਹਤਾਇਸ਼ੀ ਹੁੰਦਾ ਤਾਂ ਦਿੱਲੀ ਦਾ ਉਪ ਮੁੱਖ ਮੰਤਰੀ ਕਿਸੇ ਦਲਤ ਨੂੰ ਲਾਇਆ ਜਾਣਾ ਸੀ ਬੈਂਸ ਨੇ ਕਿਹਾ ਕਿ ਪੰਜਾਬ ਦੇ ਵਿੱਚ ਆ ਕੇ ਕੇਜਰੀਵਾਲ ਨੂੰ ਦਲਤ ਪ੍ਰੇਮ ਚੇਤੇ ਆ ਜਾਂਦਾ ਹੈ ਵਿਧਾਨ ਸਭਾ ਚੋਣਾਂ ਦੌਰਾਨ ਵੀ ਕੇਜਰੀਵਾਲ ਨੇ ਪੰਜਾਬ ਦੇ ਵਿੱਚ ਉਪ ਮੁੱਖ ਮੰਤਰੀ ਦਾ ਅਹੁਦਾ ਦਲਤ ਨੂੰ ਦੇਣ ਦੀ ਗੱਲ ਕਹੀ ਸੀ ਪਰ ਦਿੱਲੀ ਦੇ ਵਿੱਚ ਹਾਲੇ ਤੱਕ ਦਲਤ ਉਪ ਮੁੱਖ ਮੰਤਰੀ ਕਿਉਂ ਨਹੀਂ ਲਾਇਆ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਆਂ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜਿਸ ਤਰੀਕੇ ਦੇ ਨਾਲ ਬੈਂਸ ਦੇ ਵੱਲੋਂ ਅਰਵਿੰਦ ਕੇਜਰੀਵਾਲ ਦੇ ਉੱਤੇ ਤਿੱਖੀਆਂ ਟਿੱਪਣੀਆਂ ਕੀਤੀਆਂ ਗਈਆਂ ਮੇਰੇ ਖਿਆਲ ਦੇ ਮੁਤਾਬਕ ਇਹ ਉਹਨਾਂ ਦੇ ਮੂੰਹ ਇਸ ਕਰਕੇ ਜਚਦੀਆਂ ਕਿਉਂਕਿ ਉਹਨਾਂ ਨੇ ਹੁਣ ਤੱਕ ਇਹੋ ਜਿਹੀਆਂ ਟਿੱਪਣੀਆਂ ਸਮੇਂ-ਸਮੇਂ ਦੇ ਉੱਤੇ ਕੇਜਰੀਵਾਲ ਤੇ ਕਈ ਹੋਰ ਵਿਰੋਧੀ ਨੇਤਾਵਾਂ ਦੇ ਉੱਤੇ ਕੀਤੀਆਂ ਆਪਾਂ ਜਾਣਦੇ ਆਂ ਕਿ ਕੇਜਰੀਵਾਲ ਜੋ ਜੁੰਡਲੀ ਆ ਉਦੇ ਵੱਲੋਂ ਬੈਂਸ ਭਰਾਵਾਂ ਨੂੰ ਅੱਡ ਕਰਨ ਦੇ ਵਿੱਚ ਯੋਗਦਾਨ ਪਾਇਆ ਗਿਆ ਸੀ ਤੇ ਉਸ ਤੋਂ ਬਾਅਦ ਬੈਂਸ ਭਰਾਵਾਂ ਨੇ ਆਪਣੇ ਤੇਵਰ ਤਿੱਖੇ ਕਰ ਲਏ ਸੀ ਬੈਂਸ ਭਰਾਵਾਂ ਨੇ ਸਮੇਂ ਸਮੇਂ ਦੇ ਉੱਤੇ ਇਹ ਵੀ ਗੱਲ ਕਹੀ ਹੈ ਕਿ ਕੇਦਰੀਵਾਲ ਪੰਜਾਬ ਦਾ ਨਹੀਂ ਇਤਰੀ ਵਾਲ ਉਹ ਬੰਦਾ ਨਹੀਂ ਜੋ ਸਟੇਜ ਦੇ ਉੱਤੇ ਹੁੰਦਾ ਸਟੇਜ ਦੇ ਉੱਤੇ ਉਹ ਫਿਲਮੀ ਅਦਾਕਾਰਾਂ ਦੇ ਵਾਂਗ ਵਿਚਰਦਾ ਤੇ ਪਰਦੇ ਦੇ ਪਿੱਛੇ ਹੋਰ ਹੁੰਦਾ ਆਪਾਂ ਇਹ ਵੀ ਜਾਣਦੇ ਹਾਂ ਕਿ ਬੈਂਸਪਰਾੜ ਨੇ ਜਿਹੜੇ ਉਹ ਖੈਰਾ ਗਰੁੱਪ ਦੇ ਬੇਹੱਦ ਨੇੜੇ ਐ ਇਹ ਵੀ ਦੱਸਣਾ ਬਣਦਾ ਹੈ ਕਿ 22 ਤਰੀਕ ਨੂੰ ਲੁਧਿਆਣੇ ਦੇ ਸਰਕਟ ਹਾਊਸ ਦੇ ਵਿੱਚ ਹਮ ਖਿਆਲੀ ਨੇ ਜਿਹੜੇ ਭਾਵੇਂ ਉਹ ਡਾਕਟਰ ਗਾਂਧੀ ਹੋਣ ਭਾਵੇਂ ਉਹ ਬੈਂਸਪਰਾ ਹੋਣ ਭਾਵੇਂ ਪੰਜਾਬੀ ਏਕਤਾ ਪਾਰਟੀ ਵਾਲੇ ਹੋਣ ਭਾਵੇਂ ਟਕਸਾਲੀ ਆਗੂ ਹੋਣ ਇਹਨਾਂ ਦੇ ਵੱਲੋਂ ਇੱਕ ਮੀਟਿੰਗ ਕੀਤੀ ਜਾ ਰਹੀ ਹੈ ਇਹ ਕਿਹੜੇ ਨਤੀਜੇ ਦੇ ਉੱਤੇ ਪਹੁੰਚਣਗੇ ਵਕਤ ਦੱਸੂਗਾ ਪਰ ਇੱਕ ਗੱਲ ਜ਼ਰੂਰ ਇਹ ਹੈਗੀ ਹੈ ਕਿ ਬੈਂਸਪਰਾਵਾਂ ਦਾ ਆਪਣੀ ਖੇਤਰ ਦੇ ਵਿੱਚ ਚੰਗਾ ਆਧਾਰ ਹੈ ਜੇਕਰ ਬੈਂਸਪਰਾ ਤੇ ਬਾਕੀ ਜਿਹੜੇ ਹਮਖਿਆਲ ਨੇ ਇਹ ਸੱਚੀ ਮੁੱਚੀ ਇਕਜੁੱਟ ਹੋ ਕੇ ਇੱਕ ਮਨ ਇੱਕ ਚਿੱਤ ਹੋ ਕੇ ਅੱਗੇ ਵਧਣਗੇ ਤਾਂ ਹੋ ਸਕਦਾ ਕੋਈ ਚੰਗਾ ਨਤੀਜਾ ਸਾਹਮਣੇ ਆ ਜਾਵੇ ਪਰ ਜੇਕਰ ਖਿੰਡ ਜਾਣਗੇ ਤਾਂ ਜਿਵੇਂ ਛੋਟੇਪੁਰ ਨੇ ਪਿਛਲੇ ਦਿਨੀ ਗੱਲ ਕਹੀ ਸੀ ਜ਼ਮਾਨਤਾ ਜ਼ਬਤ ਹੋਣਗੀਆਂ ਉਦਾਂ ਵੀ ਹੋ ਸਕਦਾ ਹੈ ਤੇ ਜਾਣੇ ਜਾਂਦੇ ਦੋਸਤੋ ਜੇਕਰ ਅਸੀਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰਗੇ ਸਵੇਰ ਦੇ ਵੇਲੇ ਤੋਂ ਲੈ ਕੇ ਰਾਤ ਦੇ ਵੇਲੇ ਤੱਕ ਲਗਾਤਾਰ ਪੰਜਾਬ ਦੇ ਵਿੱਚ ਮੀਂਹ ਪੈਂਦਾ ਰਿਹਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਲਗਾਤਾਰ ਇਹੀ ਖਬਰਾਂ ਆਉਂਦੀਆਂ ਰਹੀਆਂ ਕਿ ਮੀਂਹ ਨੇ ਆਉਂਦੇ 36 ਘੰਟਿਆਂ ਤੱਕ ਪੰਜਾਬ ਦੇ ਵਿੱਚ ਹੋਰ ਇਸੇ ਤਰੀਕੇ ਦੇ ਨਾਲ ਹੀ ਆਪਣਾ ਪ੍ਰਭਾਵ ਜਾਰੀ ਰੱਖਣਾ ਤੇ ਦਿਨ ਦੇ ਵੇਲੇ ਅੱਜ ਪੰਜਾਬ ਦੇ ਵਿੱਚ ਮੋਲੇ ਧਰਮੀ ਪਿਆ ਜਿਹਦੇ ਕਰਕੇ ਹਰ ਪਾਸੇ ਜਨਜੀਵਨ ਪ੍ਰਭਾਵਿਤ ਹੋਇਆ ਠੰਡ ਇੱਕ ਵਾਰ ਫਿਰ ਉਤਰ ਆਈ ਹੈ ਥਾਂ ਥਾਂ ਦੇ ਉੱਤੇ ਚਿਕੜ ਹੋਣ ਕਰਕੇ ਲੋਕ ਖਾਸੇ ਪਰੇਸ਼ਾਨ ਰਹੇ ਆ ਖਬਰਾਂ ਦੋਸਤੋ ਕਈ ਹੋਰ ਵੀ ਸਨ ਪਰ ਜੋ ਵਕਤ ਦੀ ਕਾਟ ਹੈ ਇਹ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਕੱਲ ਨੂੰ ਇਸੇ ਵੇਲੇ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਮੁੜ ਹਾਜ਼ਰ ਹੋਵਾਂਗੇ ਤੁਸੀਂ ਲਗਾਤਾਰ ਦੇਖਦੇ ਰਹੋ ਪ੍ਰਾਈਮੇਰੀਅਰ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ